ਹਾਂ ਜੀ, ਸਤਿ ਸ਼੍ਰੀ ਅਕਾਲ ਵੀ ਜੀ, ਬਹੁਤ ਅਫਸੋਸ ਹੋਇਆ ਸਤਿ ਸ਼੍ਰੀ ਅਕਾਲ ਜੀ। ਹਾਂ ਜੀ, ਬੇਟੇ ਬਾਰੇ ਸੁਣ ਕੇ ਤਾਂ ਬਹੁਤ ਹੀ ਮਾੜਾ ਹੋਇਆ। ਇਹ ਤਾਂ ਹੈ ਜੀ, ਇਸ ਤੋਂ ਫੇਰ ਰੋਕਿਆ ਸੀ। ਹਾਂ, ਫੇਰ ਨਹੀਂ ਮੰਨਿਆ? ਨਾ ਜੀ, ਮੰਨਿਆ ਨਹੀਂ, ਕਹਿੰਦਾ ਦੋ ਦਿਨ ਲਾ ਕੇ ਹੀ ਮੁੜਿਆ ਹੂੰ। ਹਾਂ ਜੀ, ਦੇਖੋ ਕਿਸਮਤ ਨੇ ਕੀ ਲਿਖਿਆ ਸੀਗਾ। ਤਾਂ ਹੀ ਤਾਂ ਹੈ ਜੀ। ਤੇ ਕੀ ਇਕੱਲਾ ਹੀ ਬੇਟਾ ਸੀਗਾ? ਹਾਂ ਜੀ, ਇਕੱਲਾ ਹੀ ਸੀ। ਭੈਣ ਭਰਾ ਹੋਰ ਕੋਈ ਨਹੀਂ? ਹੈਗੀਆਂ ਦੋ ਭੈਣਾਂ ਜੀ, ਇੱਕ ਵਿਆਹੀ ਵੀ, ਇੱਕ ਕੁਮਾਰੀ ਹੈ। ਦੇਖੋ ਕਿੰਨਾ ਵੱਡਾ ਨੁਕਸਾਨ ਹੋ ਗਿਆ ਪਰਿਵਾਰ ਦਾ ਜੀ। ਇਹ ਤਾਂ ਹੈ ਜੀ, ਉਹ ਤੋਂ ਬਿਨਾਂ ਹੈ ਹੀ ਕੁਛ ਨਹੀਂ ਜੀ ਘਰੇ। ਬਿਲਕੁਲ, ਦੇਖੋ ਮਾਪਿਆਂ ਵਾਸਤੇ ਕਿੰਨਾ ਔਖਾ ਹੁੰਦਾ, ਕਿੰਨੇ ਚਾਵਾਂ ਦੇ ਨਾਲ ਬੱਚੇ ਨੂੰ ਪਾਲਦੇ ਆ। ਇਹ ਤਾਂ ਹੈ ਜੀ, ਕਿੰਨੇ ਸੁਪਨੇ ਦੇਖਦੇ ਤੇ ਨਹੀਂ, ਛੋਟੀ ਉਮਰ 'ਚ ਚਲੇ ਜਾਣਾ, ਬਹੁਤ ਵੱਡਾ ਦੁੱਖ, ਬਹੁਤ ਵੱਡਾ ਘਾਟਾ ਪਿਆ ਤੁਹਾਨੂੰ। ਪਰਿਵਾਰ ਦੇ ਕਿਸੇ ਹੋਰ ਜੀ ਨੂੰ ਕੋਈ ਨੌਕਰੀ ਦਿੱਤੀ ਜਾਏ, ਨਹੀਂ ਤਾਂ ਸਰਕਾਰ ਜੇ ਨਹੀਂ ਫੈਸਲਾ ਕਰਦੀ ਤਾਂ ਅਸੀਂ ਆਪ ਦੇ ਵੱਲੋਂ SGPC ਵੱਲੋਂ ਵੀ ਬੇਨਤੀ ਕੀਤੀ ਕਿ ਉੱਥੇ ਕੋਈ ਤੁਹਾਨੂੰ ਸਹਾਇਤਾ ਦਿੱਤੀ ਜਾਏ, ਹੋਰ ਸਾਡੇ ਲਈ ਕੋਈ ਸੇਵਾ ਹੋਏ, ਕੋਈ ਮਦਦ ਦੀ ਲੋੜ ਹੋਏ, ਤੁਹਾਡੇ ਨਾਲ ਖੜੇ ਆ ਜੀ। ਠੀਕ ਹੈ ਜੀ, ਉਹਦੇ ਵਾਲੀ ਘਟਨਾ ਤਾਂ ਜੀ ਪੂਰੀ ਨਹੀਂ ਹੋਣੀ ਨਾ, ਉਹ ਘਾਟਾ ਤਾਂ ਕਦੇ ਪੂਰਾ ਹੋ ਹੀ ਨਹੀਂ ਸਕਦਾ, ਪਿੰਡ ਦੀ ਤਾਂ ਬਹੁਤ ਵੱਡਾ ਘਾਟਾ ਹੈ ਜੀ। ਇਹ ਤਾਂ ਹੈ ਜੀ, ਬਾਕੀ ਬਸ ਤੁਹਾਡੇ ਸਹਾਰਾ ਬਣ ਕੇ ਤੁਹਾਡੇ ਨਾਲ ਖੜ ਸਕਦੇ ਆ ਇਸ ਔਖੇ ਘੜੀ ਚ। ਠੀਕ ਹੈ ਜੀ, ਚਲੋ ਦੱਸਣਾ ਜੇ ਕਿਸੇ ਚੀਜ਼ ਦੀ ਲੋੜ ਹੋ ਜੀ। ਠੀਕ ਹੈ, ਬਾਕੀ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਬਲ ਬਖਸ਼ੇ ਜੀ ਇਹ ਵੱਡਾ ਦੁੱਖ ਸਹਿਣ ਵਾਸਤੇ। ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਾਡੇ ਘਰ ਦੇ ਬਿਲਕੁਲ ਗੁਆਂਢੀ ਨੇ ਜੀ, ਗਰੀਬ ਪਰਿਵਾਰ ਆ ਬਹੁਤ ਬਹੁਤ ਜ਼ਿਆਦਾ। ਪਿਤਾ ਜਿਹੜਾ ਲੜਕੇ ਦਾ, ਉਹ ਇੱਕ ਬੱਸ ਦੇ ਉੱਤੇ ਕੰਡਕਟਰ ਦਾ ਕੰਮ ਕਰਦਾ ਜੀ। ਅੱਜ ਵੀ ਭਾਜੀ ਦਾ ਫੋਨ ਆਇਆ ਹਰਸਿਮਰਤ ਕੌਰ ਦਾ, ਅਤੇ ਉਹਨਾਂ ਨੇ ਪਰਿਵਾਰ ਦੇ ਨਾਲ ਜਿਹੜਾ ਕਿ ਦੁੱਖ ਸਾਂਝਾ ਕੀਤਾ, ਹਮਦਰਦੀ ਪ੍ਰਗਟਾ ਜੀ ਦਾ। ਅਤੇ ਅਸੀਂ ਮੰਗ ਕਰਦੇ ਹਾਂ ਕਿ ਬੱਚੇ ਨੂੰ ਜਿਹੜਾ ਇਹਨਾਂ ਦੇ ਬੱਚੇ ਨੂੰ ਇਨਸਾਫ ਦਿਵਾਇਆ ਜਾਵੇ, ਅਤੇ ਇੱਕ ਜੀ ਨੂੰ ਨੌਕਰੀ ਦਿੱਤੀ ਜਾਵੇ, ਅਤੇ ਜਿਹੜਾ ਵੀ ਇਹਨਾਂ ਦਾ ਕਰਜ਼ਾ, ਬੈਂਕ ਦਾ ਕਰਜ਼ਾ ਜਾਂ ਕਿ ਆੜ੍ਹਤੀਆਂ ਦਾ ਕਰਜ਼ਾ, ਉਹ ਸਾਰਾ ਮਾਫ਼ ਹੋਣਾ ਚਾਹੀਦਾ ਜੀ। ਅਸੀਂ ਮੋਢੇ ਨਾਲ ਮੋਢਾ ਲਾ ਕੇ ਖੜਾ ਸਾਰਾ ਨਗਰ ਇਸ ਪਰਿਵਾਰ ਦੇ ਨਾਲ। ਹਾਂਜੀ, ਅਤਿ ਗਰੀਬ ਪਰਿਵਾਰ ਆ ਜੀ, ਦੋ ਭੈਣਾਂ ਨੇ ਉਹਨਾਂ ਦੇ ਪਿੱਛੇ ਛੱਡ ਗਿਆ ਬੇਟਾ ਆਪਣਾ, ਅਤੇ ਜਾਣੀ ਕਿ ਵੀ ਉਹਨਾਂ ਨੂੰ ਸ਼ਹੀਦ ਦਾ ਦਰਜਾ ਵੀ ਦਿੱਤਾ ਜਾਵੇ, ਬਈ ਪਿੱਛੇ ਘਰ ਚਲਾਉਣ ਦਾ ਕੋਈ ਸਾਧਨ ਨਹੀਂ ਹੈਗਾ ਇਹਨਾਂ ਕੋਲ ਜੀ। ਪਰਿਵਾਰ ਦੀ ਜਿਹੜੀ ਮਾਲੀ ਮਦਦ ਆ, ਪੰਜਾਬ ਸਰਕਾਰ ਨੂੰ ਅਸੀਂ ਕਹਿੰਦੇ ਉਹ ਕੀਤੀ ਜਾਵੇ ਜੀ ਹਰ ਪੱਖੋਂ ਜੀ। ਜਾਣੀ ਕਿ ਸਾਡੇ ਬਾਰਡਰ ਦੇ ਉੱਪਰ ਜਵਾਨ ਦੇ ਗੋਲੀਆਂ ਮਾਰ ਕੇ ਉਹਨੂੰ ਸ਼ਹੀਦ ਕੀਤਾ ਗਿਆ ਜੀ, ਉਹਨੂੰ ਜਿਹੜਾ ਬਣਦਾ ਉਹਦਾ ਹੱਕ ਆ ਉਹ ਦਿੱਤਾ ਜਾਵੇ ਜੀ। ਹਾਂਜੀ, ਬੀਬਾ ਹਰਸਿਮਰਤ ਕੌਰ ਦਾ ਫੋਨ ਆਇਆ ਜੀ, ਉਹਨਾਂ ਨੇ ਫੋਨ 'ਤੇ ਨਾ ਰਾਬਤਾ ਕਾਇਮ ਕੀਤਾ। ਅਸੀਂ ਬੀਬਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਵੀ ਇਸ ਪਰਿਵਾਰ ਦੇ ਨਾਲ ਦੁੱਖ ਦੀ ਘੜੀ ਦੇ ਵਿੱਚ ਫੋਨ ਕਰਕੇ ਇਹਨਾਂ ਦਾ ਹੌਸਲਾ ਅਫਜਾਈ ਕੀਤਾ ਗਾ, ਅਤੇ ਉਹ ਦੁੱਖ ਦੇ ਵਿੱਚ ਸ਼ਰੀਕ ਹੋਏ ਨੇ। ਅਸੀਂ ਬੀਬਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ।